ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੋਲੀਫਰਾਈ ਟਿਕਟੌਕ ਤੋਂ ਸਟਾਰ ਬਣੀ ਪੰਜਾਬ ਦੀ ਛੋਟੀ ਜੀ ਕੁੜੀ ਨੂਰ ਦਾ ਪਰਿਵਾਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਹੈ ਜਿੱਥੇ ਪਹਿਲਾਂ ਨੂਰ ਦਾ ਇੱਕ ਬਹੁਤ ਸੋਹਣਾ ਜਿਹਾ ਘਰ ਬਣ ਕੇ ਤਿਆਰ ਹੋਇਆ ਉੱਥੇ ਹੀ ਨੂਰ ਦੇ ਪਰਿਵਾਰ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਅੰਮ੍ਰਿਤ ਛਕ ਕੇ ਪੂਰਨ ਗੁਰਸਿੱਖੀ ਵਾਲਾ ਜੀਵਨ ਅਪਣਾ ਲਿਆ ਹੈ ਨੂਰ ਦੇ ਮਾਤਾ ਪਿਤਾ ਨੇ ਨੂਰ ਦੀ ਪੂਰੀ ਟੀਮ ਦੇ ਨਾਲ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਾ ਕੇ ਅੰਮ੍ਰਿਤ ਛਕਿਆ ਅਤੇ ਗੁਰਸਿੱਖੀ ਵਾਲਾ ਜੀਵਨ ਅਪਣਾਇਆ ਜਿਸ ਤੋਂ ਬਾਅਦ ਨੂਰ ਦੇ ਫੈਨਸ ਉਹਨਾਂ ਦੇ ਪਰਿਵਾਰ ਨੂੰ ਮੁਬਾਰਕਬਾਦ ਦੇ ਰਹੇ ਨੇ ਅਤੇ ਉਹਨਾਂ ਦੇ ਆਉਣ ਵਾਲੀ ਜ਼ਿੰਦਗੀ ਦੇ ਲਈ ਖੁਸ਼ੀਆਂ ਦੀ ਕਾਮਨਾ ਕਰ ਰਹੇ ਨੇ ਤੁਸੀਂ ਵੀ ਦੇਖੋ ਇਹ ਵੀਡੀਓ ਖਾਸਾ ਨੂਰ ਟਿਕਟੌਕ ਟੀਮ ਅਤੇ ਸਾਡੀ ਪਿੰਡਰ ਕਲਾਂ ਦੀ ਸਾਰੀ ਟੀਮ ਲਈ ਕਿਉਂਕਿ ਅੱਜ ਨੂਰ ਦੇ ਮੰਮੀ ਡੈਡੀ ਜਾ ਰਹੇ ਆ ਦਰਬਾਰ ਸਾਹਿਬ ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਸੋ ਤੁਸੀਂ ਦੇਖ ਸਕਦੇ ਆ ਪਿੱਛੇ ਤਿਆਰੀਆਂ ਬਿਲਕੁਲ ਅਤੇ ਅੱਜ ਇਹਨਾਂ ਦੀ ਜ਼ਿੰਦਗੀ ਦਾ ਬਹੁਤ ਵੱਡਾ ਦਿਨ ਆ ਸੋ ਅੱਜ ਇਹ ਗੁਰੂ ਮਹਾਰਾਜ ਨਾਲ ਜੁੜਨ ਜਾ ਰਹੇ ਆ ਅਤੇ ਬਾਬਾ ਜਸਦੀਪ ਸਿੰਘ ਜੀ ਜਗਾਦਰੀ ਵਾਲੇ ਵੀ ਪਹੁੰਚ ਰਹੇ ਆ ਸੋ ਉਹਨਾਂ ਦੇ ਵਿਚਾਰਾਂ ਦੇ ਨਾਲ ਜੁੜ ਕੇ ਇਹਨਾਂ ਨੇ ਅੰਮ੍ਰਿਤ ਛਕਣ ਦੀ ਜਿਹੜੀ ਸਲਾਹ ਬਣਾਈ ਆ ਸੋ ਅੱਜ ਸ਼੍ਰੀ ਦਰਬਾਰ ਸਾਹਿਬ ਜਾ ਰਹੇ ਆ ਅੰਮ੍ਰਿਤ ਛਕਣ ਦੇ ਲਈ ਸੋ ਵਾਹਿਗੁਰੂ ਇਹਨਾਂ ਨੂੰ ਅੱਗੇ ਵਾਲੀ ਜ਼ਿੰਦਗੀ ਵਿੱਚ ਖੁਸ਼ੀਆਂ ਦੇਵੇ ਤੰਦਰੁਸਤੀਆਂ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੇ ਜਾ ਰਹੇ ਨੂਰ ਹਾਂਜੀ ਤਾਇਆ ਜੀ ਅੱਜ ਆਪਾਂ ਜਾ ਰਹੇ ਹਾਂ ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਤੁਹਾਡਾ ਅੰਮ੍ਰਿਤ ਸੰਚਾਰ ਜਿਹੜਾ ਉੱਥੇ ਹੋਣਾ ਵਾ ਨਾ ਤੁਸੀਂ ਅੰਮ੍ਰਿਤ ਛਕਣਾ ਸੋ ਅਤੇ ਤੁਹਾਨੂੰ ਕਿੱਦਾਂ ਦਾ ਫੀਲ ਹੋ ਰਿਹਾ ਵਾ ਅੱਛਾ ਜੀ ਅਤੇ ਬਾਬਾ ਜਸਦੀਪ ਸਿੰਘ ਜੀ ਦਾ ਵੀ ਧੰਨਵਾਦ ਕਰਦਾ ਤੁਸੀਂ ਕਰਮਾਂ ਵਾਲੇ ਆ ਭਾਗਾਂ ਵਾਲੇ ਆ ਜਿਹੜਾ ਤੁਹਾਨੂੰ ਇਹ ਸੁਭਾਗ ਮਿਲਿਆ ਵਾ ਬਿਲਕੁਲ ਜੀ ਬਿਲਕੁਲ ਸੋ ਤੇ ਪੰਜਾਬ ਦੇ ਬਾਬੇ ਇੱਦਾਂ ਹੈ ਨਾ ਜਿੱਦਾਂ ਬਾਬਾ ਜੀ ਨੇ ਸਾਡੇ ਤੇ ਪਰਉਪਕਾਰ ਕੀਤਾ ਜੇ ਹਰੇਕ ਦੇ ਪੰਜਾਬ ਦੇ ਬਾਬੇ ਇੱਦਾਂ ਹੀ ਪਰਉਪਕਾਰ ਕਰਨ ਤੇ ਗੁਰਸਿੱਖੀ ਵੱਲ ਜੋੜਨ ਹੈ ਨਾ ਗਰੀਬਾਂ ਦੀ ਮਦਦ ਕਰਨ ਤੇ ਬਹੁਤ ਲੋਕ ਜਿਹੜੇ ਗੁਰਸਿੱਖੀ ਤੋਂ ਵਾਂਝੇ ਆ ਉਹ ਸਾਰੇ ਲੋਕ ਗੁਰਸਿੱਖੀ ਦੇ ਨਾਲ ਜੁੜੇ ਹੋ ਰਹੇ ਆ ਹਾਂਜੀ ਬਾਕੀ ਲੋਕਾਂ ਨੂੰ ਵੀ ਹੈ ਨਾ ਇਹ ਚਾਹੀਦਾ ਕਿ ਆਪਣੇ ਧਰਮ ਨਾਲ ਜੁੜੇ ਰਹਿਣ ਚਾਹੇ ਉਹ ਅਮੀਰੀ ਜਾਂ ਚਾਹੇ ਉਹ ਗਰੀਬੀ ਜਾ ਕਿਉਂਕਿ ਜੇ ਆਪਣੇ ਹੈ ਨਾ ਗੁਰੂ ਮਹਾਰਾਜ ਨਾਲ ਆਪਾਂ ਜੁੜੇ ਰਹਾਂਗੇ ਤੇ ਵਾਹਿਗੁਰੂ ਜ਼ਰੂਰ ਉਹਨਾਂ ਦੇ ਪਰਿਵਾਰ ਤੇ ਕਿਰਪਾ ਕਰਦਾ ਵਾ ਹਾਂਜੀ ਮਾਲਕ ਕਿਰਪਾ ਕਰਦਾ ਹਰੀ ਤੋਂ ਤੁਹਾਡੇ ਸਾਹਮਣੇ ਆ ਸਾਡੇ ਤੇ ਵੀ ਹੁਣ ਕਿੱਡੀ ਕਿਰਪਾ ਹੋਈ ਆ ਮਾਲਕ ਦੀ ਇਹ ਨਹੀਂ ਸੋਚਣਾ ਚਾਹੀਦਾ ਵੀ ਜੇ ਅਸੀਂ ਗਰੀਬੀ ਜਾਂ ਤੇ ਚਲੋ ਆਪਣੇ ਧਰਮ ਨੂੰ ਛੱਡ ਕੇ ਜੇ ਆਪਾਂ ਨੂੰ ਕੋਈ ਹੋਰ ਧਰਮ ਆ ਨਾ ਹਾਂ ਸਹੀ ਆ ਸਹੀ ਆ ਬਹੁਤ ਵਧੀਆ ਧੰਨਵਾਦ ਕੀ ਕਰਨ ਚੱਲੇ ਅੱਜ ਆਪਾਂ ਉੱਥੇ ਵਾਹਿਗੁਰੂ ਜੀ ਦਾ ਸ਼ੁਕਰ ਕਰ ਹੈ ਨਾ ਬਾਬਾ ਜੀ ਨੇ ਕੀ ਬਣਾਇਆ ਆਪਾਂ ਨੂੰ ਸਟਾਰ ਬਣਾਤਾ ਨਾ ਸਹੀ ਗੱਲ ਸਹੀ ਗੱਲ ਤੇ ਅੱਜ ਤੇਰਾ ਮੈਨੂੰ ਲੱਗਦਾ ਥੋੜ੍ਹਾ ਜਿਹਾ ਨਾ ਗਲਾ ਵੀ ਖਰਾਬ ਜਿਹਾ ਨਾਸਾ ਵੀ ਬਣਦਾ ਐਂ ਕਹਿਣਾ ਮੈਂ ਹੱਥ ਦਵਾਈ ਲਈ ਸੀ ਮੇਰੀ ਗੱਲ ਸਾਨੂੰ ਮੇਰੀ ਗੱਲ ਸਾਨੂੰ ਉੱਥੇ ਬਸ ਸਾਰਿਆਂ ਨੂੰ ਫਤਿਹ ਬੁਲਾਉਣੀ ਠੀਕ ਹੈ ਕਿਸੇ ਨੇ ਹੱਥ ਨਹੀਂ ਬੁਲਾਉਣਾ ਠੀਕ ਹੈ ਤੇ ਖੇਡਾਂ ਕਿਹੜੀਆਂ ਲੈਣੀਆਂ ਪੰਜਾਂ ਦੀਆਂ ਦੋ ਦੋ ਪੰਜ 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 ਹਾਂ ਹੋਰ ਕੀ ਲੈਣਾ ਫਿਰ ਚੱਲ ਯਾਰ ਗੱਲ ਗੱਲ ਮਕੋ ਦਾ ਰੁਪਏ ਦੇ ਦਾਂਗੇ ਪੰਜ ਇਹਨੂੰ ਪੰਜ ਇਹਨੂੰ ਪੰਜ ਦੇਖਲੇ ਇਹਨੂੰ ਹਾਂ ਠੀਕ ਆ ਸੰਜਰੋ ਤੁਹਾਨੂੰ ਫ੍ਰੀ ਚ ਮਿਲ ਜਾਣੇ ਆ ਉਹਨੂੰ
ਦੇ ਵਿੱਚ ਐਂਟਰ ਹੋ ਚੁੱਕੇ ਹਨ ਤੇ ਜਲਦੀ ਤੁਹਾਨੂੰ ਦਰਬਾਰ ਸਾਹਿਬ ਦੇ ਦਰਸ਼ਨ ਕਰਾਵਾਂਗੇ ਜੇ ਉੱਥੇ ਰਿਕਾਰਡਿੰਗ ਆਨ ਹੋਈ ਤਾਂ ਕਿਉਂਕਿ ਆਈ ਥਿੰਕ ਉੱਥੇ ਕੈਮਰਾ ਹੁਣ ਚਲਾਉਣ ਨਹੀਂ ਕਰਦੇਗੀ ਸ਼ਾਇਦ ਇਹ ਵੀਡੀਓ ਤਾਂ ਬੰਦ ਆ ਗਈ ਫੋਟੋਆਂ ਹੀ ਖਿੱਚਦੇ ਆ ਕਰਦੀਆਂ ਬਸ ਬਾਕੀ ਟਰਾਈ ਕਰਦੇ ਮੌਕਾ ਮਿਲਿਆ
ਆ ਤੇ ਅਸੀਂ ਅੱਜ ਗੁਰੂ ਵਾਲੇ ਬਣੇ ਹਾਂ। ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਸਾਨੂੰ, ਬਹੁਤ ਜ਼ਿਆਦਾ ਖੁਸ਼ੀ ਆ ਇਹ ਸੱਤ ਸੰਭਾਲੀ ਆ ਕਿ ਇੰਨੀ ਖੁਸ਼ੀ ਆ। ਅਤੇ ਬਹੁਤ ਬਹੁਤ ਧੰਨਵਾਦ ਬਾਬਾ ਜਸਦੀਪ ਸਿੰਘ ਜੀ ਦਾ ਜਿਨ੍ਹਾਂ ਨੇ ਸਾਡੇ 'ਤੇ ਇੱਡਾ ਉਪਰਾਲਾ ਕੀਤਾ ਅਤੇ ਸਾਨੂੰ ਗੁਰੂ ਨਾਲ ਜੋੜਿਆ, ਅਤੇ ਬਹੁਤ ਬਹੁਤ ਧੰਨਵਾਦ ਉਹਨਾਂ ਦਾ, ਅਤੇ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ।